ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਲਖਵਿੰਦਰ ਸਿੰਘ ਜੀ। ਅੱਜ ਮੇਰੇ ਚੈਨਲ ਤੇ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਜੋ ਵੀਡੀਓ ਦੀ ਆਉਣ ਵਾਲੀ ਨਵੀਂ ਨੋਟੀਫਿਕੇਸ਼ਨ ਆਪ ਜੀ ਤੱਕ ਪਹੁੰਚੇ। ਸੋ ਅੱਜ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਹਾਂ ਉਹ ਵੀਡੀਓ ਹੈ ਸਿੱਧੂ ਮੂਸੇਵਾਲਾ ਐਕਸ ਕਰਨ ਔਜਲਾ ਤੇ ਜੈਜ਼ 뮤직 ਅਫੀਸ਼ੀਅਲ ਵੀਰ ਨੇ ਕਹਿ ਲਈਏ ਕਿ 뮤직 ਦੇਣਾ ਕੀਤਾ ਹੈ। ਆਓ ਦੇਖਣਾ ਕਰਦੇ ਆ ਕਿਹੋ ਜਿਹਾ ਸੌਂਗ ਹੋਣਾ ਕਰਦਾ ਤੇ ਕਿਹੋ ਜਿਹਾ ਬਾਈ ਨੇ 뮤직 ਦਿੱਤਾ ਹੈ। ਆਓ ਨਾਲ ਦੀ ਨਾਲ ਸੌਂਗ ਦੇਖਣਾ ਕਰਦੇ ਆ, ਨਾਲ ਦੀ ਨਾਲ ਸੌਂਗ ਤੇ ਰਿਐਕਸ਼ਨ ਕਰਦੇ ਆ, ਆਪ ਸੌਂਗ ਨੂੰ ਦੇਖਣਾ ਕਰੀਏ। ਇਸ ਵੇਲੇ ਦੀ ਵੱਡੀ ਖਬਰ, ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਖਿਲਾਫ ਆਰਮਸ ਐਕਟ ਦੀ ਧਾਰਾ ਲਗਾਈ ਗਈ ਹੈ। ਉਹ ਅਸਲਾ ਚਲਾਉਂਦਾ ਵਿਖਾਈ ਦਿੱਤਾ ਸੀ AK-47 ਦੇ ਨਾਲ। ਸੁਪਰੀਮ ਕੋਰਟ ਨੇ ਦੋਸ਼ੀ ਨੂੰ ਸਜ਼ਾ ਦਾ ਐਲਾਨ ਔਰ ਆਰਮਸ ਐਕਟ ਨੇ ਸੰਜੈ ਦੱਤ ਕੋ 5 ਸਾਲ ਦੀ ਸਜ਼ਾ। ਆਓ ਤਰਦਾਨੀ ਮਾੜਾ ਤੇਰਾ ਸਿੱਧੂ ਮੂਸੇਵਾਲਾ, ਤੇਰਾ ਸਿੱਧੂ ਮੂਸੇਵਾਲਾ। ਤੇ ਬਾਈ ਇਟਸ ਡਬਲ ਰਾਉਂਡ। ਓ ਗੈਂਗ ਸਾਈਨ ਹੱਥਾਂ ਨਾਲ ਕੀ ਬਾਤ, ਯਾਰ ਦੇਖੋ 뮤직 ਦੇ ਨਾਲ ਗਾਣੇ ਦੇ ਨਾਲ ਗਾਣਾ ਜੋੜਿਆ ਤੇ 뮤직 ਦੇਖੋ ਕਿੱਡਾ ਵਧੀਆ ਲੱਗ ਰਿਹਾ। 뮤직 ਕਹਿਣ ਦਾ ਮਤਲਬ ਇਹ ਹੈ ਕਿ ਐ ਲੱਗ ਹੀ ਨਹੀਂ ਰਿਹਾ ਕਿ ਉਹ ਵੱਖਰਾ ਪੈਰਾ ਚੁੱਕਿਆ ਹੁੰਦਾ ਤੇ ਉਹ ਵੱਖਰਾ ਪੈਰਾ ਚੁੱਕਿਆ ਹੁੰਦਾ। ਲੋਕੀ ਕਹਿੰਦੇ ਵੈਲੀਆਂ ਤੂੰ ਹਾਂ ਹੈਗੇ ਆ ਤੇ ਲੱਕ ਮੇਰਾ ਕਹਿੰਦਾ ਜਿਤਨੀ ਤੂੰ ਦੁਨੀਆ, ਕੰਮ ਮੇਰੇ ਕਹਿੰਦੇ ਤੈਨੂੰ ਜੇਲ੍ਹ ਭੇਜਣਾ। ਤੇ ਪਹਿਲਾਂ ਜਿਹੜੀ ਸਟਾਰਟਿੰਗ 'ਤੇ ਗੱਲ ਹੋਈ ਹੈ ਕਿ ਸਿੱਧੂ ਮੂਸੇਵਾਲੇ 'ਤੇ ਕਈ ਨਿਊਜ਼ਾਂ ਵੀ ਆਉਂਦੀਆਂ ਸੀ ਫੇਕ, ਕਈਆਂ ਨੇ ਪਰਚੇ ਵੀ ਪਾਏ, ਪਰ ਕਹਿ ਲਈਏ ਕਿ ਉਹ ਆਪਣੇ ਪਰਚਿਆਂ ਨੂੰ ਖੁਦ ਅਗਲਾ ਨਜਿੱਠਦਾ ਰਿਹਾ, ਕਿਸੇ ਦੀ ਹਾਰ ਨਹੀਂ ਕਬੂਲ ਕਰਦਾ ਰਿਹਾ, ਬੜੀਆਂ ਧਮਕੀਆਂ ਡਰਾਵੇ ਬੜਾ ਕੁਝ ਆਉਂਦਾ ਸੀ ਲਾਈਫ ਦੇ ਵਿੱਚ। ਕਿ ਇਸ ਚੀਜ਼ ਨੂੰ ਸਮਝਣਾ ਕਰਿਓ ਕਿ ਅਗਲਾ ਜੇ ਗੱਲ ਕਰਦਾ ਸੀ ਨਾ ਤਾਂ ਉਸ ਗੱਲ ਪ੍ਰਤੀ ਸਟੈਂਡ ਵੀ ਰੱਖਦਾ ਸੀ ਅਤੇ ਦਮ ਵੀ ਰੱਖਦਾ ਸੀ, ਇਹ ਕੁਆਲਿਟੀ ਸੀ ਉਹਦੇ ਅੰਦਰ, ਤਾਂ ਹੀ ਅਲੱਗ ਗਿਣਿਆ ਜਾਂਦਾ ਅੱਜ ਸਾਰਿਆਂ 'ਚੋਂ। ਆਓ ਦੇਖੀਏ ਖਾਸ ਸਿੱਧੂ ਮੂਸੇਵਾਲਾ। ਜੇ ਮੈਂ ਅੱਜ ਇੰਨੀ ਭੀੜ ਚੋਂ ਨਿਕਲ ਕੇ ਕਿਤੇ ਖੜਾਂਗਾ ਤਾਂ ਮੈਂ ਤੁੱਕਾ ਨਹੀਂ ਲਾਇਆ ਜਾਂ ਮੈਂ ਕਿਸੇ ਨੂੰ ਗਾਲਾਂ ਕੱਢ ਕੇ ਨਹੀਂ ਆਇਆ। ਹਾਏ 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 ਕੀ ਬਾਤ, ਲੋਟ ਆਫ ਹਾਰਡ ਵਰਕ। ਵਾਹ ਜੀ, ਦੇਖਾ ਮੇਰਾ ਇਹ ਅਸੂਲ, ਜੇ ਕੋਈ ਪੰਗਾ ਲਊਗਾ ਸੋ ਰੱਬ ਦੀ ਬਣਾ ਕੇ ਮੈਂ ਤਰੇਲ ਭੇਜਣਾ। ਹੋ ਲੱਕ ਮੇਰਾ ਕਿਨਾ ਜਿੱਤਣੀ ਤੂੰ ਦੁਨੀਆ, ਕੰਮ ਮੇਰੇ ਕਹਿੰਦੇ ਤੈਨੂੰ ਜੈਲ ਭੇਜਣਾ। ਹੋਣੀ ਸਭ ਨੂੰ ਇੱਕ ਵਾਰੀ ਤਾਂ ਸੁਣਿਆ ਸਭ ਨੇ ਮੌਤ ਕੁੜੇ ਬੋਲਣ ਇਕੱਠੇ ਹੁੰਦੇ ਜਿਹੜੇ ਕੱਲਾ ਹੀ ਜਦ ਬਹੁਤ ਕੁੜੇ ਉੱਚੀ ਚੋਗਾ ਕੀਤਾ ਜਿਹਨੇ ਪੂਰੀਆਂ ਹੋਈਆਂ ਰੀਤਾਂ ਨਹੀਂ ਥੱਲੇ ਦੱਬਤਾ ਸੀ ਨਿਕਲਾਇਆ ਫੇਰ ਮੈਂ ਚੁੱਭਦੇ ਨੇ ਵਾਲਿਆਂ ਦੇ ਸਾਡੇ ਚੰਗੇ ਦਿਨ ਨਹੀਂ ਕਿੰਨੇ ਕ ਬੈਰੀ ਨੇ ਦੱਸਾਂ ਉਂਗੜਾ ਤੇ ਕਿਹਨੇ ਨਹੀਂ ਲਓ ਜੀ।
ਇਹ ਸੀ ਜੀ ਬਾਈ ਦੀ ਵੀਡੀਓ, ਬਹੁਤ ਸੱਚੀ ਕਮਾਲ ਕੀਤੀ। ਜਿਹੜੀ ਸਿੱਧੂ ਮੂਸੇਵਾਲੇ ਨੇ ਵੀ ਗੱਲ ਕੀਤੀ ਹੋਈ ਹੈ ਕਿ ਮੈਂ ਅੱਜ ਇੱਥੋਂ ਤੱਕ ਜੇ ਪਹੁੰਚਿਆ ਤਾਂ ਉਹਦੇ ਵਿੱਚ ਮੇਰੀ ਕਿਸੇ ਨੂੰ ਗਾਲਾਂ ਕੱਢ ਕੇ ਜਾਂ ਕਿਸੇ ਨੂੰ ਮਾੜਾ ਚੰਗਾ ਬੋਲ ਕੇ ਨਹੀਂ, ਕਿ ਇੱਥੋਂ ਤੱਕ ਮੇਰੀ ਸਟਰਗਲ ਹੈ। ਹਾਂ, ਜੇ ਕੋਈ ਯਾਰ ਕੁਛ ਕਹਿੰਦਾ ਹੈ ਤਾਂ ਫਿਰ ਇਹ ਵੀ ਨਹੀਂ ਦੁਨੀਆ ਸਾਨੂੰ ਸਿਖਾਇਆ ਹੋਇਆ ਕਿ ਅਸੀਂ ਦੱਬ ਕੇ ਰਹੀਏ, ਕਿਉਂਕਿ ਅੱਜ ਦੁਨੀਆ ਇਸ ਤਰ੍ਹਾਂ ਹੈ ਜਿੰਨਾ ਤੁਸੀਂ ਕਿਸੇ ਦੇ ਦਬਾਅ ਦੇ ਵਿੱਚ ਆਈ ਜਾਓਗੇ ਉਨਾ ਅਗਲਾ ਹੋਰ ਦੱਬਣ ਵਾਸਤੇ ਆਊਗਾ। ਜੇ ਹੈਂਡ ਟੂ ਹੈਂਡ ਰਿਪਲਾਈ ਕਰੋਗੇ ਨਾ, ਕਹਿੰਦੇ ਤਾਂ ਹੈਗੇ ਸੀ ਨਾ ਕਈ ਸਿੱਧੂ ਮੂਸੇਵਾਲੇ ਨੂੰ ਕਿ ਯਾਰ ਇਹ ਮਤਲਬ ਕਿ ਬੰਦਿਆਂ ਦੇ ਨਾਲ ਕੰਟਰੋਵਰਸੀ ਖੜਾ ਕਰਦਾ। ਕੰਟਰੋਵਰਸੀ ਉਹ ਉਦੋਂ ਕਰਦਾ ਜਦੋਂ ਉਹਦੇ ਨਾਲ ਕੋਈ ਗੱਲ ਕਰਦਾ ਸੀ ਨਾ, ਫਿਰ ਅਗਲਾ ਬੋਲਦਾ ਵੀ ਸੀ ਜ਼ਰੂਰ। ਸੋ ਦੁਨੀਆ ਦੇ ਵਿੱਚ ਇੱਕ ਕੰਟਰੋਵਰਸੀ ਅਲੱਗ ਚੀਜ਼ ਹੈ ਕਿ ਹਾਂ ਚੱਲਦੀ ਰਹਿੰਦੀ ਹੈ, ਕਿਤੇ ਕੋਈ ਬੋਲਦਾ ਕਿਤੇ ਕੋਈ ਬੋਲਦਾ, ਗੱਲ ਦਾ ਜਵਾਬ ਗੱਲ ਦੇ ਨਾਲ ਹੋਵੇ। ਪਰ ਜਿਹੜਾ ਕੰਮ ਕਈਆਂ ਦਰਿੰਦਿਆਂ ਨੇ ਕਰ ਦਿੱਤਾ ਕਿ ਵਿਚਾਰ ਦਾ ਜਵਾਬ ਜਿਹੜਾ ਹਥਿਆਰ ਦੇ ਨਾਲ ਦੇ ਕੇ ਉਹ ਬੰਦੇ ਨੂੰ ਖਤਮ ਕਰ ਦੇਣਾ, ਇਹ ਕੋਈ ਗੱਲ ਨਹੀਂ ਹੋਈ। ਉਹ ਫਿਜ਼ੀਕਲ ਨਹੀਂ ਕਿਸੇ ਨੂੰ ਮਾਰਦਾ ਸੀ। ਸੋ ਇਸ ਕਰਕੇ ਉਹਦੀ ਘਾਟ ਨਹੀਂ ਯਾਰ ਪੂਰੀ ਹੋ ਸਕਦੀ। ਜਿੰਨਾ ਕਹਿ ਲਈਏ ਕਿ ਪੰਜਾਬ ਨੂੰ, ਪੰਜਾਬੀ ਇੰਡਸਟਰੀ ਨੂੰ ਸਿੱਧੂ ਮੂਸੇਵਾਲੇ ਦਾ ਘਾਟਾ ਪਿਆ ਨਾ, ਮੈਂ ਕਹਿੰਦਾ ਹੋਰ ਸਿੰਗਰ ਕਿਸੇ ਦਾ ਵੀ ਅੱਜ ਤੱਕ ਇਹੋ ਜਿਹਾ ਨਹੀਂ ਪਿਆ ਹੋਵੇਗਾ। ਦੂਜੀ ਕਰਨ ਔਜਲਾ ਜੀ ਦੀ ਵੀ ਬੜੀ ਹੁਣ ਵਧੀਆ ਲਿਰਿਕਸ ਦੇ ਵਿੱਚ ਉਹ ਲਿਖਦੇ ਨੇ, ਬਹੁਤ ਸੋਹਣਾ ਉਹ ਵੀ ਗਾਉਂਦੇ ਨੇ। ਅਤੇ ਉਹਨਾਂ ਦੇ ਹੁਣ ਜਿਹੜੇ ਮਿਊਜ਼ਿਕ ਜਿਹੜੀ ਹੁਣ ਉਹਨਾਂ ਦੀ ਐਲਬਮ ਨਵੀਂ ਗਾਣੇ ਆ ਰਹੇ ਨੇ ਉਹ ਵੀ ਬਾ ਕਮਾਲ ਆ ਰਹੇ ਨੇ ਸੱਚੀ। ਉਹਨਾਂ ਦੇ ਵੀ ਲਿਰਿਕਸ ਦੇ ਵਿੱਚ ਇੱਕ ਅਲੱਗ ਹੀ ਹੁਣ ਮੈਟਰ ਆ ਰਿਹਾ ਹੈ ਜੀ, ਜਿਹਦੇ ਵਿੱਚ ਉਹ ਨਿਮਰਤਾ ਦੇ ਪ੍ਰਤੀਕ ਦੀ ਗੱਲ ਕਰਦੇ ਨੇ, ਜਿਹਦੇ ਵਿੱਚ ਉਹ ਇੱਕ ਦੂਜੇ ਨਾਲ ਪਿਆਰ, ਇਨਸਾਨੀਅਤ ਇਹ ਚੀਜ਼ਾਂ ਨੂੰ ਮੁੱਖ ਰੱਖ ਕੇ ਹਾਂ ਇੱਕ ਸੈਲਫ ਕੌਨਫੀਡੈਂਸ ਹੋਵੇ, ਕਿਉਂਕਿ ਜੇ ਬੰਦੇ ਨੇ ਆਪਣੇ ਪੈਰਾਂ ਸਿਰ ਖੜਿਆ। ਦੇਖੋ ਹੁਣ ਬਾਈ ਨੇ ਵੀਡੀਓ ਵੀ ਬਣਾਈ ਹੈ, ਅਗਲੇ ਦੀ ਮਿਹਨਤ ਆ, ਮਿਹਨਤ ਬੋਲਦੀ ਹੈ ਕਿਸ ਤਰੀਕੇ ਦੇ ਨਾਲ, ਉਸ ਤਰੀਕੇ ਦੇ ਨਾਲ ਵੀਡੀਓ ਨਾਲ ਵੀਡੀਓ ਨੂੰ ਜੋੜਨਾ ਮਿਊਜ਼ਿਕ ਦੇ ਨਾਲ, ਇਹ ਸੌਖੀ ਕੰਮ ਨਹੀਂ ਹੁੰਦਾ, ਕੰਮ ਇਹ ਵੀ ਔਖਾ ਹੈ। ਮਿਹਨਤਾਂ ਬੋਲਦੀਆਂ ਹੁੰਦੀਆਂ ਨੇ। ਸੋ ਜ਼ਿੰਦਗੀ ਦੇ ਵਿੱਚ ਮਿਹਨਤਾਂ ਕਰੋ, ਤੁਹਾਡਾ ਕੰਮ ਬੋਲੇ। ਕਈ ਮੂੰਹੋਂ ਬੋਲ ਕੇ ਦੱਸਦੇ ਨੇ ਅਤੇ ਉਹਨਾਂ ਦਾ ਕੋਈ ਵੀ ਮਤਲਬ ਨਹੀਂ ਨਿਕਲਦਾ, ਕਈਆਂ ਦੇ ਕੰਮ ਬੋਲਦੇ ਨੇ। ਇਸ ਕਰਕੇ ਤੁਹਾਡੇ ਕੰਮ ਬੋਲਣ, ਫਿਰ ਅਗਲਾ ਕਹੇ ਕਿ ਵਾਹ ਯਾਰ ਕਿਆ ਬਾਤ ਹੈ। ਸੋ ਭਾਵੇਂ ਸਿੱਧੂ ਮੂਸੇਵਾਲਾ ਲਾ ਲਈਏ, ਚਾਹੇ ਕਰਨ ਔਜਲਾ ਲਾ ਲਈਏ, ਚਾਹੇ ਵੀਰ ਨੇ ਜਿਹਨੇ ਮਿਊਜ਼ਿਕ ਦੇ ਕੇ ਇੱਕ ਵੀਡੀਓ ਬਣਾਈ, ਇਹ ਵੀਰ ਦੀ ਗੱਲ ਲਾ ਲਈਏ ਕਿ ਇੱਕ ਮਿਹਨਤ ਆ ਹੈ। ਸੋ ਹਰ ਕੰਮ ਦੇ ਪਿੱਛੇ ਇੱਕ ਮਿਹਨਤ ਆ, ਉਹ ਮਿਹਨਤ ਕਰਦੇ ਰਹੋ। ਹਰ ਕਿਸੇ ਨੂੰ ਕੋਈ ਵੀ ਇਹ ਨਾ ਕਿਹਾ ਕਰੇ ਕਿ ਯਾਰ ਬੰਦਾ ਉੱਠ ਕੇ ਆਹ ਕਰਨ ਲੱਗ ਪਿਆ ਉਹ ਕਰ, ਯਾਰ ਹੋ ਸਕਦਾ ਅਗਲੇ ਦੀ ਪਿੱਛੇ ਹਾਰਡਵਰਕ ਦੇਖੋ ਮਿਹਨਤ ਕਿੰਨੀ ਹੈ, ਅਗਲੇ ਸਕਸੈਸ ਨਾ ਦੇਖੋ, ਅਗਲੇ ਦਾ ਯਾਰ ਕਿੱਥੋਂ ਤੱਕ ਫੇਮ ਨਾ ਦੇਖੋ ਕਿ ਕਿੱਡਾ ਉੱਚੇ ਲੈਵਲ 'ਤੇ ਪਹੁੰਚ ਗਿਆ, ਉਹਦੇ ਪਿੱਛੇ ਕਿੰਨੀ ਸਟਰਗਲ ਹੈ, ਉਹ ਚੀਜ਼ਾਂ ਵੀ ਮਾਇਨੇ ਰੱਖਦੀਆਂ ਨੇ। ਕਰਨ ਔਜਲਾ ਜੀ ਦੀ ਗੱਲ ਕਰੀਏ, ਮਾਤਾ ਪਿਤਾ ਦਾ ਸਾਇਆ ਸਿਰ 'ਤੇ ਨਹੀਂ, ਪਰ ਫਿਰ ਵੀ ਉੱਠਣਾ ਬਹੁਤ ਵੱਡੀ ਗੱਲ ਹੈ। ਅਤੇ ਸਿੱਧੂ ਮੂਸੇਵਾਲੇ ਦਾ ਕਹਿ ਲਈਏ ਕਿ ਫੋਰਨ ਕੰਟਰੀ ਦੇ ਵਿੱਚ ਜਾਣਾ, ਪਹਿਲਾਂ ਕਹਿ ਲਈਏ ਕਿ ਮੇਲਿਆਂ ਦੇ ਵਿੱਚ ਗਾਉਣਾ, ਜਿੱਥੇ ਕਹਿ ਲਈਏ ਲੋਕ ਮਾਈਕ ਖੋਲ੍ਹ ਲੈਂਦੇ ਸੀ ਕਿ ਤੇਰਾ ਸਮਾਂ ਪੂਰਾ ਹੋ ਗਿਆ, ਅੱਜ ਲੋਕ ਉਹਦੇ ਕੋਲ ਸਮਾਂ ਮੰਗਦੇ ਹੁੰਦੇ ਸੀ, ਪਰ ਉਹਦੀ ਘਾਟ ਨਹੀਂ ਪੂਰੀ ਹੋ ਸਕਦੀ ਯਾਰ। ਸੋ ਬਹੁਤ ਵਧੀਆ ਬਾਈ ਨੇ ਸੌਂਗ ਬਣਾਇਆ, ਆਪ ਜੀ ਦੱਸਣਾ ਕਰਨਾ ਆਪ ਜੀ ਨੂੰ ਸੌਂਗ ਕਿਵੇਂ ਦਾ ਲੱਗਾ, ਆਪ ਜੀ ਨੂੰ ਮੇਰਾ ਦਿੱਤਾ ਹੋਇਆ ਰਿਐਕਸ਼ਨ ਕਿਵੇਂ ਦਾ ਲੱਗਾ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਹੋ, ਤੁਸੀਂ ਸਤਿ ਸ਼੍ਰੀ ਅਕਾਲ, ਬਾਏ ਬਾਏ।